बिस्मिल्लाहिर्रहमानिर्रहीम। अस्सलाम वालेकुम मेरे प्यारे यूट्यूब फैमिली। उम्मीद कर दिया कि तुम खैरियत नाल होगे। तुसी देख रहे हो मेरा यूट्यूब चैनल आमिना शहजादी। ते मेरी दुआ वा तुसी जिथे रहो सदा हंसते रहो, वास्ते रहो, शाद रहो ते हमेशा बाद रहो। अगर किसी के घर परेशानियां अल्लाह तआला दे हबीब दे सदके दूर होए, आमीन सुम्मा आमीन। अल्लाह मेरे कुल कायनात कारोबार च बरकत पाए। ਤੇ ਜਿਹੜੇ ਮੇਰੇ ਪਿਆਰੇ ਭਾਈ ਮੇਰੇ ਚੈਨਲ ਤੇ ਨਿਊ ਨੇ, ਅਗਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਲਾਈਕ ਦੇ ਬਟਨ ਦਬਾ ਦਿਓ ਤਾਂ ਕਿ ਹਰ ਆਉਣੇ ਵੀਡੀਓ ਬਾਸਾਨੀ ਨਾਲ ਮੇਰੇ ਪਿਆਰੇ ਭਾਈਆਂ ਤੱਕ ਪਹੁੰਚ ਸਕੇ। ਤੇ ਹਾਂਜੀ ਗਾਇਜ਼, ਆਓ ਤੁਹਾਡੀਆਂ ਦੁਆਵਾਂ ਨਾਲ ਵਲੌਗ ਸ਼ੁਰੂ ਕਰਦੇ ਹਾਂ। ਤੇ ਹਾਂਜੀ ਗਾਇਜ਼, ਅੱਜ ਆਪਾਂ ਕੀ ਕੰਮ ਕਰਾਂਗੇ, ਕੀ ਕਰਾਂਗੇ, ਕੀ ਨਹੀਂ, ਆ ਸਾਰੇ ਵੀ ਹੁਣ ਆਪਾਂ ਟਾਈਮ 3 ਵਜੇ ਦਾ ਟਾਈਮ ਆ, ਠੀਕ ਹੋ ਗਿਆ, 3 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਕੁਛ ਵੀ ਕਰਾਂਗੇ ਆਪਦੇ ਪਿਆਰੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ। ਅਤੇ ਸਭ ਤੋਂ ਪਹਿਲਾਂ ਗਾਇਜ਼, ਆਪਾਂ ਜਿਹੜਾ ਪੁਦੀਨਾ ਲਗਾਇਆ ਸੀ ਘਰ 'ਚ ਕਲਰ ਵਗੈਰਾ ਹੋਇਆ ਸੀ ਉਹਦੀ ਵਜ੍ਹਾ ਤੋਂ ਹੋ ਗਿਆ ਸੀ ਖਰਾਬ, ਇਸੇ ਲਈ ਫਿਰ ਇਹਦੀ ਇਹ ਸੁੱਕ ਗਿਆ ਸੀ। ਫਿਰ ਮੈਂ ਬਹੁਤ ਇਹਦੀ ਕੇਅਰ ਕੀਤੀ ਆ, ਪਾਣੀ ਪਾ ਦੇਖੋ ਅਤੇ ਹੁਣ ਆਪਾਂ ਇਹਨੂੰ ਪਾਣੀ ਪਾਉਂਦੇ ਹਾਂ, ਠੀਕ ਹੋ ਗਿਆ, ਕਿਉਂਕਿ ਆਪਾਂ ਇਹਨੂੰ ਪਾਣੀ ਪਾਵਾਂਗੇ ਇਹਦੀਆਂ ਜੜ੍ਹਾਂ, ਫਿਰ ਅਗਰ ਪਾਣੀ ਜਿਹੜੇ ਪੀਣਗੇ ਫਿਰ ਉਹ ਮਜ਼ਬੂਤ ਹੋਣਗੀਆਂ, ਹੋਰ ਅੱਗੇ ਟੁਰਨਗੀਆਂ। ਅਤੇ ਆਓ ਆਪਾਂ ਪਹਿਲੇ ਪਾਣੀ ਵਿੱਚ ਚੰਗਾ ਨਾਲ ਪਾਉਂਦੇ ਹਾਂ, ਫਿਰ ਦੇਖਦੇ ਆਪਾਂ ਅੱਗੇ ਕੀ ਕਰਦੇ ਹਾਂ। ਕੀ ਨੇ ਨਿਮਰਾ ਸੁਣ ਕੇ ਗੱਲਾਂ ਕਰ ਲਾ। ਹਾਂਜੀ ਗਾਇਜ਼, ਹੁਣ ਆਪਾਂ ਆਪਦੇ ਪਿਆਰੇ ਦੇ ਪੁਦੀਨੇ ਨੂੰ ਪਾਉਂਦੇ ਹਾਂ ਪਾਣੀ। ਹਾਂਜੀ ਗਾਇਜ਼, ਚਲੋ ਆਪਾਂ ਉਹਨਾਂ ਪੁਦੀਨੇ ਨੂੰ ਪਾਣੀ ਪਾ ਲਈ ਜਿਹੜੇ ਮੈਂ ਪਹਿਲੇ ਪਾਏ ਸੀ। ਦੇਖੋ ਇੰਨੇ ਪੁਦੀਨੇ ਨੂੰ ਪਿਆ ਸੀ ਕਿ ਜਲਦੀ ਜਲਦੀ ਸਾਰਾ ਪੀ ਗਿਆ, ਚਲ ਕਾਫੀ ਆ। ਹੁਣ ਆਪਾਂ ਥੋੜ੍ਹਾ ਜਿਹਾ ਤੇ ਪਾਣੀ ਛਿੜਕਦੇ ਹਾਂ, ਕਿਉਂਕਿ ਗਰਮੀ ਤਾਂ ਤੁਹਾਨੂੰ ਪਤਾ ਵਾ ਕਿੰਨੀ ਜ਼ਿਆਦਾ ਵਾ, ਠੀਕ ਹੋ ਗਿਆ। ਗਾਇਜ਼ ਨਿਮਰਾ ਪਿੱਛੇ ਹੋ ਜਾਏਗਾ ਕਿਉਂਕਿ ਆਪਾਂ ਇੱਥੇ ਬਹਿਣਾ ਵਾ ਨਾ, ਅਤੇ ਪਾਣੀ ਪਾ ਲਈਏ ਨਾ ਕਿ ਆਪਾਂ ਤਾਂ ਗਰਮੀ 'ਚ ਨਾ ਪਸੀਨਾ ਪਸੀਨਾ ਹੋ ਜਾਵਾਂਗੇ, ਠੀਕ ਆ ਨਾ। ਹਾਂਜੀ ਗਾਇਜ਼, ਆਪਣੇ ਵਲੌਗ 'ਚ ਨਿਮਰਾ ਨੇ ਦਿਨ ਨਹੀਂ ਆਈ ਕਿਉਂਕਿ ਨਿਮਰਾ ਆਪਣੀ ਗਈ ਸੀ ਨਾਨੋ ਕੋਲ, ਅਤੇ ਮੈਂ ਅੱਜ ਨਿਮਰਾ ਲੈ ਕੇ ਆਈ ਹਾਂ ਅਤੇ ਨਿਮਰਾ ਨੂੰ ਮਿਲਵਾਉਂਦੇ ਹਾਂ ਤੁਹਾਡੇ ਨਾਲ। ਅਤੇ ਹੁਣ ਦੇਖਦੇ ਹਾਂ ਨਿਮਰਾ ਆਪਦੇ ਬਾਰੇ ਆਪਾਂ ਕੀ ਸੁਣਾਉਣੀ ਆ ਜਾਂ ਮੇਰੇ ਬਾਰੇ ਤੁਹਾਡੇ ਨਾਲ ਕੀ ਗੱਲ ਸ਼ੇਅਰ ਕਰਦੀ ਹੈ। ਚੱਲ ਨਿਮਰਾ ਖੋਜਾ ਸ਼ੁਰੂ। ਹੈਲੋ ਗਾਇਜ਼, ਮੇਰੇ ਮੰਮਾ ਇਸ ਦੁਨੀਆ ਮੇਂ ਨਹੀਂ ਹੈ, ਮੇਰਾ ਅੱਲਾ ਕੀ ਵਾਰਸ ਹੋਰ ਕੋਈ ਵੀ ਨਹੀਂ ਹੈ। ਆਪੀ ਸ਼ਾਦੀਆਂ ਕੀ ਸਪੋਰਟ ਕਰੋ, ਆਪੀ ਸ਼ਾਦੀਆਂ ਮੇਰੀ ਸਪੋਰਟ ਕਰੇਗੀ। ਹਾਂਜੀ ਗਾਇਜ਼, ਨਿਮਰਾ ਨੇ ਇੱਕ ਸਾਸ ਜਿਹੜੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ, ਸੱਚੀ ਯਕੀਨ ਕਰੋ ਗੱਲ ਸੁਣ ਕੇ ਮੇਰਾ ਦਿਲ ਫਟ ਆਇਆ, ਕਿਉਂਕਿ ਦੇਖੋ ਛੋਟੀ ਜਿਹੀ ਬੱਚੀ ਦੀ ਮੰਮਾ ਛੱਡ ਗਈ, ਇਹਦਾ ਬਹੁਤ ਗੱਲ ਅਫਸੋਸ ਹੋਇਆ। ਅਤੇ ਤੂੰ ਸਾਡੇ ਪਿਆਰੇ ਨਾਨਾ ਬੂ ਸਾਨੂੰ ਇਕੱਲੇ ਛੱਡ ਕੇ ਚਲੇ ਗਏ, ਅਤੇ ਹੁਣ ਅੱਲਾ ਤੋਂ ਸਿਵਾ ਗਾਇਜ਼ ਸਾਡਾ ਵੀ ਕੋਈ ਵੀ ਨਹੀਂ ਹੈ ਇੰਨਾ ਤਰ੍ਹਾਂ, ਠੀਕ ਹੋ ਗਿਆ ਗਾਇਜ਼। ਤਾਂ ਪਲੀਜ਼ ਤੁਸੀਂ ਹੁਣ ਮੈਨੂੰ ਸਪੋਰਟ ਕਰੋ, ਅਤੇ ਨਿਮਰਾ ਦੇ ਜਿੰਨੇ ਵੀ ਖਾਬ ਵਗੈਰਾ ਆ ਗਿਆ ਤੁਹਾਡੀ ਭੈਣ ਜ਼ਰੂਰ ਪੂਰੇ ਕਰੇਗੀ। ਮੈਨੂੰ ਆਪਦੇ ਖਾਬ ਵੀ ਛੱਡ ਕੇ ਇਹਦੇ ਖਾਬ ਪੂਰੇ ਕਰਨੇ ਪਏ, ਆਪਦੇ ਸ਼ੌਂਕ ਛੱਡ ਕੇ ਇਹਦੇ ਸ਼ੌਂਕ ਪੂਰੇ ਕਰਨੇ ਪਏ, ਅਤੇ ਇਹ ਮੈਂ ਤੁਹਾਡੇ ਨਾਲ ਵਾਅਦਾ ਵਾ ਕਿ ਮੈਂ ਇਹਦੇ ਸ਼ੌਂਕ ਜ਼ਰੂਰ ਪੂਰਾ ਕਰਾਂਗੀ। ਅਤੇ ਦੂਜੀ ਗੱਲ, ਕੋਈ ਲੋਕ ਇੱਦਾਂ ਦੇ ਹੁੰਦੇ ਆ ਕਿ ਉਹ ਸੋਚਦਾ ਸ਼ਾਇਦ ਸ਼ਾਜ਼ਿਆ ਵਾਇਰਲ ਹੋਣ ਵਾਸਤੇ ਇੱਦਾਂ ਦੀਆਂ ਗੱਲਾਂ ਕਰ ਰਹੀ ਆ, ਨਹੀਂ, ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਕਿਉਂਕਿ ਮੈਂ ਹੁਣ ਨਿਮਰਾ ਦੇ ਖੁਆਬ ਸਾਰੇ ਪੂਰੇ ਕਰਨੇ ਆ, ਅਤੇ ਪਲੀਜ਼ ਜਿੰਨਾ ਹੋ ਸਕੇ ਮੈਨੂੰ ਤੁਸੀਂ ਸਪੋਰਟ ਕਰੋ। ਹਾਂਜੀ ਗਾਇਜ਼, ਚਲੋ ਨਿਮਰਤ ਜਿਹੜੀ ਆਪਣੇ ਨਾਲ ਗੱਲ ਸ਼ੇਅਰ ਕੀਤੀ, ਹੁਣ ਆਪਾਂ ਨਿਮਰਤ ਸ਼ੌਂਕ ਪੁੱਛਦੇ ਹਾਂ ਕਿ ਨਿਮਰਤ ਤੇਰੀ ਕਿਹੜੀ ਚੀਜ਼ ਤੈਨੂੰ ਵੀ ਸ਼ੌਂਕ ਨਾਲ ਤੂੰ ਉਹਨੂੰ ਲਾਈਕ ਕਰਦੇ ਹਾਂ, ਕਿਹੜੀ ਚੀਜ਼ਾਂ ਜਿਹੜਾ ਅਤੇ ਸਪਨਾ ਵਾ ਕਿ ਇਹ ਮੇਰੇ ਕੋਲ ਚੀਜ਼ ਜ਼ਰੂਰ ਹੋਏ। ਅਤੇ ਅੱਜ ਆਪਾਂ ਨਿਮਰਾ ਕੋਲ ਪੁੱਛਦੇ ਹਾਂ ਕਿਉਂਕਿ ਆਪਣਾ ਥੋੜ੍ਹਾ ਜਿਹਾ ਫਰਜ਼ ਬਣਦਾ ਵਾ, ਕਿਉਂਕਿ ਨਿਮਰਾ ਨੂੰ ਆਪਦੀ ਇਹ ਨਾ ਫੀਲ ਹੋਇਆ ਕਿ ਮੇਰੀ ਮੰਮਾ ਮੇਰੇ ਕੋਲ ਆਹ ਪੁੱਛਦੀ ਸੀ ਆਹ ਪੁੱਛਦੀ ਸੀ,
ਤੇ ਵੀ ਲੋਕਾਂ ਦੀ ਮਾਵਾਂ ਨੂੰ ਦੇਖ ਕੇ ਨਿਮਰਤ ਦਿਲ ਚ ਥੋੜਾ ਜਿਹਾ ਰੋਣ ਆਉਂਦਾ, ਥੋੜਾ ਕਿ ਬਹੁਤ ਰੋਂਦੀ ਹੈ, ਠੀਕ ਹੋ ਗਿਆ। ਕਹਿੰਦੀ ਕਿ ਇਹਨਾਂ ਦੀ ਮਾਵਾਂ ਇਹਨਾਂ ਨੇ ਕਿੰਨਾ ਪਿਆਰ ਕਰਦੀਆਂ ਤੇ ਆਪਾਂ ਇਹ ਕਦੀ ਮਹਿਸੂਸ। ਹਾਂਜੀ ਕੱਲ ਅੱਜ ਮੈਂ ਤੁਹਾਨੂੰ ਗੱਲ ਦੱਸਦੀ, ਮੰਮਾ ਨਾ ਬਹੁਤ ਟੈਨਸ਼ਨ ਚ ਪਏ ਸੀ ਕਿ ਮੰਮਾ ਦੀ ਤਬੀਅਤ ਰਾਤ ਦੀ ਨਹੀਂ ਠੀਕ ਸੀ, ਤੇ ਮੰਮਾ ਕਹਿੰਦੇ ਵੀ ਜਿਹਨਾਂ ਦੇ ਪਿਓ ਚਲੇ ਜਾਂਦੇ ਆ ਨਾ ਉਹਨਾਂ ਨੂੰ ਵੀ ਬਹੁਤ ਗਮ ਹੁੰਦਾ ਉਹਨਾਂ ਨੇ, ਪਰ ਫਿਰ ਵੀ ਗਾਇਸ ਮਾਂ ਸੰਭਾਲ ਲੈਂਦੀ ਆ, ਮਾਂ ਤੋਂ ਅੱਗੇ ਕੁਛ ਵੀ ਨਹੀਂ ਗਾ। ਤੇ ਨਿਮਰਾ ਕਹਿੰਦੀ, ਹਾਂ ਮੇਰਾ ਭਾਈ ਕਹਿੰਦਾ ਨਿਮਰਾ ਜਿਨ੍ਹਾਂ ਦੀ ਮਾਂ ਚਲੀ ਜਾਂਦੀ, ਨਿਮਰਾ ਕਹਿੰਦੀ ਉਹ ਤੇ ਰੋ ਜਾਂਦੇ ਆ, ਤੇ ਉੱਥੇ ਮੰਮਾ ਰੋ ਪਏ, ਮੰਮਾ ਨੂੰ ਫਿਰ ਜ਼ਿਆਦਾ ਟੈਨਸ਼ਨ ਹੋ ਗਈ। ਤੇ ਆਪਾਂ ਨਿਮਰਾ ਕੋਲ ਪੁੱਛਦੇ ਹਾਂ ਨਿਮਰਾ ਦੇ ਦਿਲ ਦੀ ਕਿਹੜੀ ਖੁਆਇਸ਼ ਹੈ ਜਿਹੜੀ ਨਿਮਰਾ ਖੁਦ ਆਪਦੇ ਪੈਰਾਂ ਤੇ ਖੜੀ ਹੋਈ ਖੜੀ ਮੈਂ ਕਰਾਂਗੀ ਤੇ ਸ਼ੌਂਕ ਇਹ ਆਪਦੇ ਖੁਦ ਪੂਰੇ ਕਰਾਂਗੀ। ਇੱਥੇ ਨਿਮਰਾ ਦੱਸ ਪਹਿਲਾਂ ਕਿਹੜਾ ਸ਼ੌਂਕ? ਮੇਰੀ ਮੰਮਾ ਦੁਨੀਆ ਤੋਂ ਚਲੀ ਗਈ, ਮੇਰੇ ਸਕੂਲ ਪੜ੍ਹਾਈ, ਮੇਰੇ ਜੁੱਤੇ ਕੱਪੜੇ ਲੈ ਦੇ, ਮੇਰਾ ਖਿਆਲ ਰੱਖੀ। ਉਹ ਤੇ ਜ਼ਰੂਰ ਰੱਖਾਂਗੀ ਗਾਇਸ, ਵੈਸੇ ਮੇਰੀ ਮੰਮਾ ਬਹੁਤ ਹੀ ਉਹਨਾਂ ਦਾ ਨਰਮ ਦਿਲ ਆ, ਬਹੁਤ ਹੀ ਅੱਛਾ, ਜਿੰਨਾ ਹੁਣ ਮੰਮਾ ਸਾਨੂੰ ਪਿਆਰ ਕਰਦੇ ਸੀ ਹੁਣ ਉਸ ਤੋਂ ਅੱਗੇ ਨਿਮਰਾ ਨੂੰ ਰੱਖਦੇ ਆ। ਗਾਇਸ ਸਾਨੂੰ ਵੈਸੇ ਇੱਕ ਗੱਲ ਦੱਸਾਂ, ਜਿਹੜੀ ਚੀਜ਼ ਅਸੀਂ ਕਹਿੰਦੇ ਸੀ ਨਾ ਉਹ ਰਾਤ ਨੂੰ ਆਉਂਦੀ ਸੀ ਜਾਂ ਕੱਲ੍ਹ ਆਉਂਦੀ ਸੀ, ਨਿਮਰਾ ਨੇ ਕਹਿਣਾ ਤੇ ਫੌਰਨ ਚੀਜ਼ ਆ ਜਾਂਦੀ ਆ। ਗਾਇਸ ਮੈਂ ਕਿਹਾ ਚਲੋ ਨਿਮਰਾ ਤੇਰੇ ਨਾਲ ਸਾਨੂੰ ਇੱਕ ਫਾਇਦਾ ਹੋਇਆ ਕਿ ਜੇ ਤੂੰ ਚੀਜ਼ ਕਹਿੰਦੀ ਉਹਦੇ ਨਾਲ ਥੋੜ੍ਹੀ ਜਿਹੀ ਸਾਨੂੰ ਵੀ ਬਹੁਤ ਜਲਦ ਮਿਲ ਜਾਂਦੀ। ਤੇ ਗਾਇਸ ਨਿਮਰਾ ਮੇਰੀ ਉਹ ਛੋਟੀ ਜਿਹੀ ਸਿਸਟਰ ਆ। ਅੱਛਾ ਖੈਰ ਗਾਇਸ ਹੁਣ ਆਪਾਂ ਅੱਜ ਬਣਾਉਣੇ ਕੱਦੂ ਦਾਲ, ਤੇ ਮੰਮਾ ਨੇ ਆਪਾਂ ਕੱਦੂ ਬਣਾ ਕੇ ਦੇ ਲਈਏ ਤੇ ਫਿਰ ਹੋ ਜਾਵਾਂਗੇ ਆਪਾਂ ਵਿਹਲੇ। ਹਾਂਜੀ ਗਾਇਸ ਚਲੋ ਹੁਣ ਆਪਾਂ ਸਬਜ਼ੀ ਬਣਾ ਲਈਏ। ਤੂੰ ਕੀ ਕਹਿਣਾ? ਜੋ ਕਹਿ ਦਿੱਤਾ ਸੀ ਕਿ ਉਹ ਬਹੁਤ ਤਬ ਤੋਂ ਕੈਮਰਾ ਹੀ ਬੰਦ ਥਾ। ਹਾਂ ਲਗਾਈ ਸਭ ਮੰਮਾ ਕੋ ਸਬਜ਼ੀ ਕੱਟ ਕੇ ਦੇ ਰਹੇ ਹੈ, ਫਿਰ ਹਮ ਵਿਹਲੇ ਹੋ ਜਾਏਂਗੇ। ਹਾਂ ਵਿਹਲੇ ਵਿਹਲੇ ਨਹੀਂ ਵਿਹਲੇ ਹੋ ਜਾਏਂਗੇ, ਸਹੀ ਹੈ ਗਾਇਸ, ਹਾਂ ਵਿਹਲੇ ਹੋ ਜਾਏਂਗੇ। ਅੱਛਾ ਖੈਰ ਗਾਇਸ ਅੱਜ ਕੱਦੂ ਬਣਾ ਲਈਆਂ ਤੇ ਹੁਣ ਮੈਂ ਜਲਦੀ ਜਲਦੀ ਮੰਮਾ ਨੂੰ ਕੱਦੂ ਬਣਾ ਕੇ ਦੇ ਲਾਂਗੀ, ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਗਈ ਆ। ਹਾਂਜੀ ਗਾਇਸ ਸਬਜ਼ੀ ਤਾਂ ਹੋ ਗਈ ਆਪਣੀ ਤਿਆਰ, ਤੇ ਤੁਹਾਨੂੰ ਸਭ ਤੋਂ ਇੰਪੋਰਟੈਂਟ ਗੱਲ ਦੱਸਣ ਲੱਗੀਆਂ। ਹਾਂਜੀ ਗਾਇਸ ਸਾਡਾ ਬਲੌਗ, ਹਾਂ ਅੱਗੇ ਬੋਲ, ਪੰਜਾਬੀ ਆ। ਹਾਂ ਤੇ ਨਾ ਗਾਇਸ ਨਿਮਰਾ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਾਡਾ ਹੈਪੀ ਪੰਜਾਬੀ ਵਲੌਗ ਦੂਸਰਾ ਚੈਨਲ ਦਾ ਨਾਮ ਆ ਹੈਪੀ ਪੰਜਾਬੀ ਫੈਮਲੀ, ਠੀਕ ਹੋ ਗਿਆ ਗਾਇਸ? ਉਹਦਾ ਵੀ ਜਾ ਕੇ ਤੁਸੀਂ ਵਿਜ਼ਿਟ ਕਰਨਾ ਵਾ ਅੱਜ ਇਨਸ਼ਾਅੱਲਾ, ਉਹਦਾ ਵੀ ਉਹਦੇ 'ਤੇ ਪਹਿਲੀ ਵੀਡੀਓ ਲੱਗੇਗੀ, ਅਤੇ ਉੱਥੇ ਜਾਓ ਉਹਦਾ ਵਿਜ਼ਿਟ ਕਰੋ ਅਤੇ ਅੱਛੇ ਅੱਛੇ ਕਮੈਂਟ ਕਰਿਓ ਅਤੇ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਉੱਥੇ ਮੈਨੂੰ ਪਲੀਜ਼ ਫਸਟ ਸਪੋਰਟ ਕਰਿਓ। ਹਾਂਜੀ ਗਾਇਸ ਚਲੋ ਹੁਣ ਕਰਦੇ ਵੀਡੀਓ ਦਾ ਐਂਡ, ਅੱਲਾ ਹਾਫਿਜ਼।